ਭਾਰਤ ਵਿੱਚ ਅਨੇਕਾਂ ਹੀ ਪ੍ਰਾਈਵੇਟ ਕੰਪਨੀਆਂ ਵੱਲੋਂ ਗਾਹਕਾਂ ਨੂੰ ਲੁਭਾਉਣ ਲਈ ਵੱਖ-ਵੱਖ ਇੰਟਰਨੈਟ ਪਲਾਨ ਮੁਹੱਈਆ ਕੀਤੇ ਜਾ ਰਹੇ ਨੇ ਪਰ ਹੁਣ ਪ੍ਰਾਈਵੇਟ ਕੰਪਨੀਆਂ ਦੇ ਪਲਾਨ ਨੂੰ ਲੈ ਕੇ ਸਰਕਾਰੀ BSNL ਕੰਪਨੀ ਆਪਣੇ ਗਾਹਕਾਂ ਨੂੰ ਦੁਬਾਰਾ ਫਿਰ ਇੰਟਰਨੈਟ ਪਲਾਨ ਦੇ ਕੇ ਫਾਈਬਰ ਇੰਟਰਨੈਟ ਘਰ-ਘਰ ਵਿੱਚ ਪਹੁੰਚਾਉਣ ਦਾ ਉਪਰਾਲਾ ਕਰ ਰਹੀ ਹੈ ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੇ BSNL ਕੰਪਨੀ ਦੇ GM ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੁਝ ਹੀ ਦਿਨਾਂ ਵਿੱਚ 100 ਕਨੈਕਸ਼ਨ ਲਗਾਏ ਗਏ ਅਤੇ ਹੁਣ ਗਾਹਕ ਪ੍ਰਾਈਵੇਟ ਕੰਪਨੀਆਂ ਨੂੰ ਛੱਡ ਕੇ ਸਰਕਾਰੀ BSNL ਕੰਪਨੀ ਉੱਤੇ ਦੁਬਾਰਾ ਭਰੋਸਾ ਕਰਨ ਲੱਗ ਪਏ ਨੇ ਇਸ ਮੌਕੇ ਕੰਪਨੀ ਦੇ GM ਵੱਲੋਂ ਆਪਣੇ ਗਾਹਕਾਂ ਨਾਲ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਹ ਨਾਭੇ ਸ਼ਹਿਰ ਦੇ ਵਿੱਚ ਇਸ ਮਹੀਨੇ ਦੇ ਵਿੱਚ FTTH ਯਾਨੀ ਕਿ ਹਾਈ ਸਪੀਡ ਬ੍ਰੌਡਬੈਂਡ ਕਨੈਕਸ਼ਨ ਦੇਣੇ ਸ਼ੁਰੂ ਕੀਤੇ ਸੀਗੇ ਇਸ ਮਹੀਨੇ ਦੇ ਵਿੱਚ ਪਿਛਲੇ 20 ਦਿਨਾਂ ਦੇ ਵਿੱਚ ਅਸੀਂ ਨਾਭੇ ਸ਼ਹਿਰ ਦੇ ਵਿੱਚ 100 ਕਨੈਕਸ਼ਨ ਲਗਾਇਆ ਇਹਦੇ ਲਈ ਸਾਡੇ ਚੈਨਲ ਪਾਰਟਨਰ ਮਹੇਸ਼ ਸਟੂਡੀਓ ਉਹਨਾਂ ਨੂੰ ਅਸੀਂ ਅਪੁਆਇੰਟ ਕੀਤਾ ਆ ਉਹ ਕਨੈਕਸ਼ਨ ਪ੍ਰੋਵਾਈਡ ਕਰ ਰਹੇ ਨੇ ਪਿੱਛੇ ਜਿਹੜਾ ਬਾਕੀ ਸਾਰਾ ਸਿਸਟਮ ਜਿਹੜਾ ਉਹ BSNL ਦਾ ਹੈ ਅਤੇ ਇਹਦੇ ਵਿੱਚ ਬਾਕੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਤੇ ਪਿੰਡਾਂ ਦੇ ਵਿੱਚ ਵੀ ਜਿਵੇਂ ਦੁਲੱਦੀ ਗੇਟ ਲਵਾਣਾ ਕਰਮੂ ਢਿੰਗੀ ਭਾਦਸੋਂ ਇਹਨਾਂ ਸਾਰੇ ਜਗ੍ਹਾ ਦੇ ਵਿੱਚ BSNL ਜਿਹੜਾ ਆਪਣੇ ਚੈਨਲ ਪਾਰਟਨਰਸ ਦੇ ਥਰੂ ਹਾਈ ਸਪੀਡ ਬ੍ਰੌਡਬੈਂਡ ਕਨੈਕਸ਼ਨ ਦੇ ਰਿਹਾ ਅਤੇ ਇਹਦੇ ਵਿੱਚ ਜਿਹੜੇ ਅਸੀਂ ਸਾਰੇ ਏਰੀਏ ਦੇ ਵਿੱਚ ਇਹ ਸਹੂਲਤ ਹੋਰ ਵੀ ਨਾਲ ਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਛੋਟੇ ਕਸਬਿਆਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਸਰ ਜਿਹੜੀ ਸਪੀਡ ਦੇਖਿਆ ਜਾਵੇ ਪਹਿਲਾਂ ਤਾਂ ਜ਼ਿਆਦਾ ਰਹਿੰਦੀ ਆ ਉਸ ਤੋਂ ਬਾਅਦ 2 ਜਾਂ 4 MB ਰਹਿੰਦੀ ਆ ਕੀ ਉਹਨੂੰ ਉਹਦੀ ਵੀ ਬੜੋਤਰੀ ਕੀਤੀ ਜਾਵੇ ਉਹ ਅਸੀਂ ਸਪੀਡ ਦੇ ਰਿਗਾਰਡਿੰਗ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸਾਡੀ ਇੱਕ ਫੇਅਰ ਯੂਨਿਟ ਲਿਮਿਟ ਹੁੰਦੀ ਹੈ ਕਿ 500 GB ਤੋਂ ਬਾਅਦ ਜਾਂ 200 GB ਤੋਂ ਬਾਅਦ ਹਰ ਇੱਕ ਪਲਾਨ ਦੇ ਵਿੱਚ ਸਪੀਡ ਜਿਹੜੀ ਆ ਉਹ 50 MB ਤੋਂ ਜਾਂ 100 MB ਤੋਂ ਘੱਟ ਕੇ ਫੇਰ 2 MB ਰਹਿੰਦੀ ਆ ਉਹਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ 10 MB ਦੀ ਸਪੀਡ ਜਿਹੜੀ ਆ ਉਹ ਦਈਏ ਜਿਹੜੀ ਲਿਮਿਟ ਖਤਮ ਹੋਣ ਤੋਂ ਬਾਅਦ ਵੀ ਇਹ ਜਿਹੜੀ BSNL ਕੰਪਨੀ ਹੈ ਸਰਕਾਰੀ ਕੰਪਨੀ ਹੈ ਇਹ ਜਿਸ ਤਰ੍ਹਾਂ ਪਹਿਲਾਂ ਨੰਬਰ 1 ਤੇ ਦੀ ਹੁਣ ਨੰਬਰ 1 ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਲੈਂਡਲਾਈਨ ਬ੍ਰੌਡਬੈਂਡ ਦੇ ਵਿੱਚ ਅਜੇ ਵੀ BSNL ਜਿਹੜਾ ਨੰਬਰ 1 ਕੰਪਨੀ ਹੈ